ਸੱਤਾ ਆਈ ਆਪਦੇ ਹੱਥ ਵਿੱਚ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਮਿਲੀ। ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਵੋਟਾਂ ਦੀ ਗਿਣਤੀ ਦੌਰਾਨ ਡੋਡਾ ਸੀਟ ਤੋਂ ਆਪ ਨੇਤਾ ਮਹਿਰਾਜ ਮਲਿਕ ਨੇ ਜਿੱਤ ਦਰਜ ਕੀਤੀ। ਸਾਰਿਆਂ ਨੇ ਮਹਿਰਾਜ ਮਲਿਕ ਨੂੰ ਦਿੱਤੀ ਵਧਾਈ। ਇਸ ਦੇ ਨਾਲ ਹੀ ਆਪ ਆਦਮੀ ਪਾਰਟੀ ਨੇ ਮਹਿਰਾਜ ਮਲਿਕ ਨੂੰ ਜਿੱਤ ਤੇ ਵਧਾਈ ਦਿੰਦੇ ਹੋਏ ਐਕਸ ਤੇ ਵੀਡੀਓ ਸ਼ੇਅਰ ਕੀਤੀ। ਦੱਸ ਦੇ ਕਿ ਆਮ ਆਦਮੀ ਪਾਰਟੀ ਨੇ ਐਕਸ ਤੇ ਲਿਖਿਆ ਕਿ ਡੋਡਾ ਵਿਧਾਨ ਸਭਾ ਤੋਂ ਪਾਰਟੀ ਉਮੀਦਵਾਰ ਮਹਿਰਾਜ ਮਲਿਕ ਦੀ ਜਿੱਤ ਤੇ ਦੇਸ਼ ਭਰ ਵਿੱਚ ਫੈਲੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਨੂੰ ਬਹੁਤ ਬਹੁਤ ਵਧਾਈ। ਦੱਸ ਦੇ ਕਿ ਚੋਣਾਂ ਵਿੱਚ ਡੋਡਾ ਸੀਟ ਤੇ ਇੰਡੀਆ ਗਠਜੋੜ ਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਸੀ, ਪਰ ਆਮ ਆਦਮੀ ਪਾਰਟੀ ਨੇ ਇਸ ਜਿੱਤ ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਮਹਿਰਾਜ ਮਲਿਕ ਨੂੰ ਟਿਕਟ ਦਿੱਤੀ ਸੀ, ਜਦਕਿ ਨੈਸ਼ਨਲ ਕਾਨਫਰੰਸ ਦੇ ਖਾਲਿਦ ਨਸੀਬ, ਸੁਹਾਰਵਾਦੀ ਇੰਡੀਆ ਗਠਜੋੜ ਵੱਲੋਂ ਚੋਣ ਮੈਦਾਨ ਵਿੱਚ ਸਨ ਤੇ ਭਾਜਪਾ ਨੇ ਗੱਜੇ ਸਿੰਘ ਰਾਣਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਦੱਸ ਦੇ ਕਿ ਵਿਧਾਨ ਸਭਾ ਚੋਣਾਂ ਦੌਰਾਨ ਡੋਡਾ ਸੀਟ ਤੋਂ ਆਪ ਨੇਤਾ ਮਹਿਰਾਜ ਮਲਿਕ ਨੇ ਜਿੱਤ ਦਰਜ ਕੀਤੀ। ਜਿੱਤਣ ਤੋਂ ਬਾਅਦ ਲੋਕਾਂ ਨਾਲ ਕੀਤੀ ਗੱਲਬਾਤ ਦੇ ਦੌਰਾਨ ਕਿਹਾ ਕਿ ਜਿਹੜੇ ਸਕੂਲ ਹਸਪਤਾਲ ਦਿੱਲੀ ਵਿੱਚ ਬਣਨੇ ਉਹ ਜੰਮੂ ਕਸ਼ਮੀਰ ਵਿੱਚ ਬਣਨੇ ਚਾਹੀਦੇ ਸੀ। ਲੋਕਾਂ ਨੂੰ ਕਿਹਾ ਕਿ ਲੋਕਾਂ ਦੇ ਵਾਅਦੇ ਮਹਿਰਾਜ ਮਲਿਕ ਹੀ ਪੂਰਾ ਕਰ ਸਕਦੇ ਨੇ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵਧਾਈ ਦਿੱਤੀ ਤੇ ਕਾਫੀ ਤਾਰੀਫ ਕੀਤੀ ਤੇ ਦੇਖਿਆ ਜਾਵੇ ਤਾਂ ਉਹਨਾਂ ਦੀ ਜਿੱਤ ਤੇ ਸਾਰਿਆਂ ਨੂੰ ਕਿੰਨੀ ਖੁਸ਼ੀ ਹੋਈ ਹੈ। ਲੋਕ ਜਸ਼ਨ ਮਨਾ ਰਹੇ ਨੇ। ਹੋਰ ਅਪਡੇਟ ਲਈ ਦੇਖਦੇ ਰਹੋ ਜੇਬੀ ਟੀਵੀ।